ਇੱਕੋ ਵੀ ਅਸੀਂ ਚਾਹ ਵੀ ਮਾਈਕ੍ਰੋਵੇਵ 'ਚ ਗਰਮ ਕਰਦੇ ਹਾਂ। ਸਾਡੇ ਘਰ ਦੇ ਮੇਰੇ ਤੋਂ ਕੰਮ ਬੜਾ ਕਰਾਉਂਦੇ ਨੇ। ਸ਼ਾਮ ਨੂੰ ਘੁੰਮਣ ਆ ਜਾਈਦਾ, ਤੁਰਨ ਫਿਰਨ ਵਾਲੇ ਗੱਲਬਾਤ ਕਰ ਲਈਦੀ ਦਿਲ ਦੁਲ ਦੀ। ਸੋ ਸਵੇਰ ਦੇ 8 ਵੱਜ ਚੁੱਕੇ ਆ ਅਤੇ ਮੈਂ ਹੁਣ ਹਜੇ ਉੱਠਿਆ ਵਾਂ, ਹੁਣ ਜਾਵਾਂਗੇ ਆਪਾਂ ਫਰੈਸ਼ ਹੋਣ। ਸੋ ਹਾਂਜੀ, ਕਿੱਦਾਂ ਸਾਰੇ ਜੀ, ਗੁੱਡ ਮੋਰਨਿੰਗ ਸਾਰਿਆਂ ਨੂੰ। ਮੇਰੇ ਵੱਲੋਂ ਤਾਂ ਗੁੱਡ ਮੋਰਨਿੰਗ ਹੈ, ਤੁਹਾਡੇ ਵੱਲੋਂ ਪਤਾ ਨਹੀਂ ਰਾਤ ਹੈ ਕਿ ਸ਼ਾਮ ਹੈ। ਅਤੇ ਉਹ ਵੇਖੋ ਸੂਰਜ ਕਿੱਦਾਂ ਚੜ੍ਹਿਆ, ਅੱਖਾਂ 'ਚ ਪੈਣ ਡਿਆ। ਅੱਠ ਵੱਜ ਗਏ ਸਵੇਰ ਦੇ ਅਤੇ ਅਸੀਂ ਹੁਣ ਉੱਠੇ ਹਾਂ। ਵਿਹਲੇ ਬੰਦੇ, ਉੱਠਣਾ ਟਾਈਮ ਨਹੀਂ। ਫਿਰ ਸੋ ਮੈਂ ਕੁਝ ਖਾਣ ਨੂੰ ਲੱਭ ਰਿਹਾ ਵਾਂ, ਕੁਛ ਲੱਭ ਜੇ ਚਾਹ ਨਾਲ। ਅਤੇ ਆਪਾਂ ਨੂੰ ਚਿਪਸ ਲੱਭ ਗਏ ਆ, ਹੁਣ ਚਾਹ ਨਾਲ ਚਿਪਸ ਖਾਵਾਂਗੇ। ਸੋ ਜੀ, ਹੁਣ ਚਾਹ ਪੀਣ ਲੱਗੇ ਹਾਂ ਅਤੇ ਚਾਹ ਪਹਿਲਾਂ ਗਰਮ ਕਰਨੀ ਪੈਣੀ ਹੈ, ਕਿਉਂਕਿ ਸਭ ਤੋਂ ਲੇਟ ਤਾਂ ਮੈਂ ਉੱਠਦਾ ਵਾਂ। ਇਸ ਕਰਕੇ ਫਿਰ ਘਰ ਦੇ ਚਲ ਜਾਂਦੇ ਆਪਣੇ ਕੰਮ ਕਰਾਂ 'ਤੇ। ਕਿਉਂਕਿ ਮੈਂ ਚਾਹੁੰਦਾ ਕਿ ਡੇਲੀ ਵਲੋਗਿੰਗ ਕਰਾਂ, ਪਰ ਕੋਈ ਇਹੋ ਜਿਹਾ ਕੋਈ ਰੋਜ਼ ਕੰਟੈਂਟ ਨਹੀਂ ਮਿਲਦਾ, ਇਸ ਕਰਕੇ ਮੈਂ ਆਪਣੇ ਘਰ ਵੀ ਬਣਾ ਰਿਹਾ। ਅਤੇ ਚਾਹ ਆਪਣੀ ਗਰਮ ਹੋ ਗਈ ਆ, ਹੁਣ ਦੇਖੋ ਵੀ ਅਸੀਂ ਚਾਹ ਵੀ ਮਾਈਕ੍ਰੋਵੇਵ 'ਚ ਗਰਮ ਕਰਦੇ ਹਾਂ। ਪੈਸਾ ਬਹੁਤ ਹੈ, ਇਹ ਝੂਠ ਆ, ਸੱਚ ਕੁਛ ਹੋ ਰਿਹਾ। ਚਾਹ ਗਰਮ ਹੋ ਗਈ ਆ, ਚਿਪਸ ਸਾਨੂੰ ਮਿਲ ਗਏ ਸਵੇਰੇ ਸਵੇਰੇ ਚਾਹ ਨਾਲ। ਜੇ ਚੀਜ਼ੀ ਕੋਈ ਨਾ ਹੋਵੇ ਤਾਂ ਆਪਾਂ ਚਾਹ ਵੀ ਨਹੀਂ ਪੀਣੀ, ਚੀਜ਼ੀ ਹੈਗੀ ਹੈ ਫਿਰ ਆਪਾਂ ਹੁਣ ਚਾਹ ਪੀਵਾਂਗੇ। ਚਾਹ ਗਰਮ ਕਰ ਲਈ ਆ, ਉਹਨੂੰ ਆਪਾਂ ਕਰ ਦਿੰਦੇ ਹਾਂ ਬੰਦ। ਲਾਈਕ ਕਰ ਦਿਓ ਵੀਡੀਓ। ਚਾਹ ਆਪਾਂ ਪੀ ਲਈ ਆ, ਅਤੇ ਅੱਜ ਆਪਾਂ ਟਿਕਟਰ ਕੋਲ ਜਾਣਾ। ਮੈਂ ਸੋਚ ਰਿਹਾ ਸੀ ਕਿ ਜਿੰਮ ਜੁਆਇਨ ਕਰ ਲੈਂਦੇ ਹਾਂ, ਅਤੇ ਉਹਦੇ ਵਾਸਤੇ ਡਾਕਟਰ ਦੀ ਮੈਂ ਸਲਾਹ ਲੈਣੀ ਕੁਛ, ਅਤੇ ਉਹ ਡਾਕਟਰ ਕੋਲ ਵੀ ਜਾਣਾ ਆਪਾਂ, ਅਤੇ ਤੁਹਾਨੂੰ ਵੀ ਨਾਲ ਲੈ ਕੇ ਆਵਾਂਗੇ। ਹੁਣ ਚਾਹ ਪੀ ਲਈ ਤਾਂ ਵਿਹਲੇ ਬਹਿਣਾ, ਬਸ ਰੋਟੀ ਦਾ ਟਾਈਮ ਪਤਾ ਨਹੀਂ ਕਦੋਂ ਹੋਣਾ। ਸਾਡੇ ਘਰ ਦੇ ਮੇਰੇ ਤੋਂ ਕੰਮ ਬੜਾ ਕਰਾਉਂਦੇ ਨੇ, ਪਹਿਲਾਂ ਮੈਂ ਤੁਹਾਡੇ ਕਾ ਲਏ ਕੰਮ ਅੱਜ ਹੀ ਕਰਾਉਣੇ ਨੇ, ਕਿਉਂਕਿ ਵਲੌਗ ਸ਼ੁਰੂ ਕਰਤਾ ਘਰ 'ਚ ਅਤੇ ਅੱਜ ਕੰਮ ਕਰਾਈ ਜਾਂਦੇ। ਹੁਣ ਥੋੜ੍ਹੇ ਚਿਰ ਬਾਅਦ ਇਹਨਾਂ ਨੇ ਵੀ ਕਹਿਣਾ ਵੀ ਭਾਂਡੇ ਮਾਜ ਦਿਓ। ਸਾਡੇ ਘਰ ਪੰਜਾਬ ਦਾ ਮੈਪ ਵੀ ਲੱਗਿਆ ਹੋਇਆ, ਆਪਾਂ ਵੀ ਥੋੜ੍ਹੀ ਦੇਰ ਤੱਕ ਪੰਜਾਬ ਐਕਸਪਲੋਰ ਕਰਾਂ। ਬਹੁਤ ਵਧੀਆ ਯੂਟਿਊਬਰ ਹੈ ਇੱਕ, ਫਲੋਪ ਯੂਟਿਊਬਰ, ਉਹ ਇੰਡੀਆ ਨੂੰ ਐਕਸਪਲੋਰ ਕਰਨ ਦਿਆ ਵਾ, ਅਤੇ ਬਹੁਤ ਹੀ ਘੈਂਟ ਵੀਡੀਓ ਪਾਉਂਦਾ। ਤੁਸੀਂ ਜਾ ਕੇ ਜ਼ਰੂਰ ਦੇਖਿਓ, ਤੁਹਾਨੂੰ ਲਿੰਕ ਵੀ ਮਿਲ ਜੂਗਾ। ਫਲੋਪ ਯੂਟਿਊਬਰ ਨੇ ਆਪਣਾ ਜਿਹੜੀ ਟਰੈਵਲ ਜਰਨੀ ਆ ਇੰਡੀਆ ਐਕਸਪਲੋਰ ਦੀ, ਜ਼ੀਰੋ ਬਜਟ ਤੋਂ ਸ਼ੁਰੂ ਕੀਤੀ ਸੀ। ਉਹ ਲਿਫਟ ਲੈ ਕੇ ਅਤੇ ਪੂਰੇ ਇੰਡੀਆ ਪਲੇਸਿਸ, ਜਿਹੜੀਆਂ ਫੇਮਸ ਪਲੇਸਿਸ ਆ ਉਹਨਾਂ ਨੂੰ ਐਕਸਪਲੋਰ ਕਰ ਰਿਹਾ ਵਾ। ਅਤੇ ਅੱਜ ਉਹ ਸ਼ਾਇਦ ਵਾਰਾਣਸੀ ਤੋਂ ਅੱਗੇ ਚੱਲੂਗਾ, ਅਤੇ ਬਹੁਤ ਹੀ ਘੈਂਟ ਵਲੋਗ ਪਾਉਂਦਾ ਉਹ ਵੀ, ਕਿਉਂਕਿ ਬਹੁਤ ਹੀ ਮਤਲਬ ਕੋਈ ਇੱਦਾਂ ਸੋਚ ਨਹੀਂ ਸਕਦਾ ਕਿ ਲਿਫਟ ਲੈ ਕੇ ਕੋਈ ਇੰਡੀਆ ਨੂੰ ਐਕਸਪਲੋਰ ਕਰੂਗਾ। ਸੋ ਉਹਨੇ ਇਹ ਕੰਮ ਕੀਤਾ ਵਾ, ਅਤੇ ਆਪਾਂ ਨੂੰ ਵੀ ਫ੍ਰੀ 'ਚ ਵੇਖਣ ਨੂੰ ਸਭ ਕੁਝ ਮਿਲਦਾ। ਟਾਈਮ ਦੇਖ ਲਓ ਤੁਸੀਂ, ਇੱਕ ਵਾਰ ਚੱਲਾ ਵਾ ਅਤੇ ਬ੍ਰੇਕਫਾਸਟ ਡਿਨਰ ਇਕੱਠਾ ਹੀ ਹੋਣ ਲੱਗਾ ਵਾ। ਅਸੀਂ ਜਾਵਾਂਗੇ ਜੀ, ਆਪਾਂ ਗੇੜੀ ਲਾਉਣ ਵੀ ਜਾਣਾ, ਅਤੇ ਕਰਕੇ ਆਪਾਂ ਗੱਡੀ ਧੋ ਰਹੇ ਹਾਂ, ਅਤੇ ਗੱਡੀ 'ਚ ਸ਼ੈਂਪੂ ਮਾਰਤਾ, ਹੁਣ ਪਾਣੀ ਪਾਉਣ ਦੀ ਵਾਰੀ ਹੈ।
टाइम हो गया जी शाम दे 6:21। तो इस टाइम अं दोवें रोज़ घूमन आ जाने सड़क पर फिरन तुरन, क्योंकि सारा दिन बह बुके थक जाइए वेले, इस करके शाम घूम आ जाइए तुरन फिरन आए गलबात कर ली दी, दिल दुल की दुख सुख साझे कर ली दे। बहुत माड़े दिन है भाई, तो सूरज नाले रोज़ देखना चाहिए इस टाइम, क्योंकि बहुत ही प्यारा लगता सूरज इस टाइम सन, इन पानी की आते सन छट के की शाम का होंगे जरा जो भी है ठीक जो भी हों सूरज ना लुकन वाला वा। तो आप किलोमीटर तुरना वा, किलो किलोमीटर या 2 किलोमीटर तक तुर के फिर वापस आ जाना वा। तो इदा ही फिर तुर फिर के आप टाइम पास कर लें सारा दिन, तो महा टाइम निकलता वा। सो अज का ब्लॉग इतने नहीं एंड करा, सारा दिन का वेलेरी का कोई हाँ जी इधर हो जाए। तो डॉक्टर साहब वाली वीडियो आप पावे वक्री, क्योंकि वो हजे बनी नहीं है, छेती बनावे तो जल्दी अपलोड करा, उस भी एक आइटम पा जा रहे हैं, तो होपफुली तुम सारे पसंद आऊगी। फोटो साड़ी आन डी है लगता मैनू, करके बड़ी घट होनी है की फोटो। सो ये है साढ़े भरा नाल साढ़े नितिश पोयाल तुम कोई कहना चाहोगे? मैं की कहना यार, मैं इस ब्लॉग दे विच, क्योंकि मैं इहदे विच अपनी डेली रूटीन दसी है, और कुछ कुछ कहना चाहोगे? ना नथिंग, नहीं कहना चाहते कुछ सैड बड़ा। सो जी 6:21 दे पाए ही, तो हुण हो गए ने 6:36, जदों आप आए ही उदों सूरज हले हैगा ही काफ़ी, तो हुण वेखो पूरा डुब गया वा, ठीक है। तो तुसी कदे भी सूरज ते चंद्रमा कट्ठे नहीं वेखे होने, अज तुहानू वही विखाने आ। इधर दिख रहा कि नहीं? हाँ इत्थे आ, आ वेखो इधर चंद्रमा, इधर सूरज, कई ने वेखे भी होने हैं, पर अहीं अज अपने कैमरे दिखावांगे। तो हुण अहीं जा रहे हैं वापस, एक का टी शर्ट जी पानी अणक तो हो जाती है, की करना वा की सुनन नहीं दिया? फोटो फोटो खिंचनी मामा, वीडियो नहीं बनानी इदा इदा नहीं, इदा सीधा सीधा करके आहो करदा। सो हुण टाइम हो गया डिनर करन दा, ते अज डिनर मैनूं आ ही पाउणा पैण डिया वा, ते सब्जी मैं पाली है, हुण मैं रोटियां लैन जाऊंगा। ते मेरी फोटो विच तेरे चपेड़ा बड़िया मारने आ तेरे, वेखी हां आ रोटियां पईयां ने, हुण मैं इच्चों चुक के खाऊंगा 2, क्योंकि डंगर वाला खाना पर खाना नहीं है जी, 2 लैके जावे आराम ना, पढ़िया लिखिया वाली रोटी। तो लागे पानी रख लें, क्योंकि मैं हिचकी छेती लग जाती होंगी है। वैसे तो मैं रोटी मिल जाती होंगी बह के, अज इन्ह ने काम ज़्यादा कर लिया, तो फिर वे कहते भी अज आपे खा ला, एक काम करके ज्यादा थक गए ने। सो अज का व्लॉग इतने एंड करते हैं, उम्मीद करते तुम व्लॉग वधिया लग्या होगा, तो लाइक शेयर कमेंट करके जरूर दस्यो कि तुम व्लॉग किदां लगा, तो चैनल सबसक्राइब कर लो नवे नवे वीडियो देखने वास्ते। इन्ने काम वो किया, दंद कट के खाते क्या कुछ मतलब समझ सुने साढ़े
ਘਰ ਦਾ ਉਹ ਸਪੀਕਰ ਆ ਜਿਹੜਾ ਕਦੀ ਚੁੱਪ ਨਹੀਂ ਹੋ ਸਕਦਾ।